ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਅੱਜ ਆਪਾਂ ਬਣਾ ਰਹੇ ਹਾਂ ਜੀ ਬ੍ਰੈਡ ਰੋਲ। ਜਦੋਂ ਵੀ ਮਿੱਠਾ ਖਾਣ ਦਾ ਮਨ ਕਰੇ ਆਪਾਂ ਇਹਨੂੰ ਜਲਦੀ ਨਾਲ ਤਿਆਰ ਕਰ ਸਕਦੇ ਹਾਂ। ਇਹ ਮੈਂ ਲਿਆ 1 ਲੀਟਰ ਦੁੱਧ, ਇਹਦੇ ਵਿੱਚੋਂ ਥੋੜ੍ਹਾ ਜਿਹਾ ਦੁੱਧ ਬਚਾ ਕੇ ਰੱਖ ਲਾਂਗੇ। ਦੁੱਧ ਨੂੰ ਹੁਣ ਆਪਾਂ ਪਹਿਲਾਂ ਉਬਾਲੀਆ ਹੋਣ ਦੇਵਾਂਗੇ ਜੀ। ਬਹੁਤ ਹੀ ਵਧੀਆ ਬ੍ਰੈਡ ਰੋਲ ਮਠਿਆਈ ਬਣ ਕੇ ਤਿਆਰ ਹੁੰਦੀ ਹੈ, ਘਰ ਦੇ ਵਿੱਚ ਆਪਾਂ ਇਹਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ। ਦੁੱਧ ਆਪਣਾ ਉਬਲਣ ਲੱਗ ਗਿਆ ਜੀ, ਹੁਣ ਆਪਾਂ ਸੇਕ ਘੱਟ ਕਰ ਦਾਂਗੇ। 5-7 ਮਿੰਟ ਇਹਨੂੰ ਰਿੱਝਣ ਦਾਂਗੇ ਜੀ, ਆਪਾਂ ਇਹਨੂੰ ਗਾੜਾ ਕਰਨਾ। ਆਪਾਂ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਹੁਣ ਪਿਆਰ ਰਹਿਣ ਦਾਂਗੇ ਅਤੇ ਨਾਲ ਨਾਲ ਹਿਲਾਉਂਦੇ ਰਹਾਂਗੇ। ਜਿਹੜੀ ਸਾਈਡਾਂ 'ਤੇ ਇਹ ਮਲਾਈ ਆਊਗੀ ਉਹਨੂੰ ਨਾਲ ਹੁੰਦੇ ਉਤਾਰ ਕੇ ਵਿੱਚ ਪਾ ਦੇਣਾ। ਇੱਧਰ ਆਪਾਂ ਜਿਹੜਾ ਦੁੱਧ ਰੱਖਿਆ ਸੀਗਾ ਜੀ ਥੋੜ੍ਹਾ ਜਿਹਾ, ਉਹਦੇ ਵਿੱਚ ਮੈਂ ਪਾ ਰਹੀ ਹਾਂ ਕਸਟਰਡ ਪਾਊਡਰ। ਇਹ ਮੈਂ ਲਿਆ ਜੀ ਵਨੀਲਾ ਫਲੇਵਰ ਦਾ, ਅਤੇ 3 ਚਮਚੇ ਛੋਟੇ ਪਾ ਰਹੀ ਹਾਂ ਜੀ। ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਆਪਾਂ, ਗੱਠਾਂ ਨਹੀਂ ਬਣਨੀਆਂ ਚਾਹੀਦੀਆਂ ਇਹਦੇ ਵਿੱਚ। ਦੁੱਧ ਉਬਲਦੇ ਨੂੰ ਆਪਣੇ 5-7 ਮਿੰਟ ਹੋ ਗਏ ਨੇ ਜੀ, ਮੀਡੀਅਮ ਸੇਕ 'ਤੇ ਸੀਗਾ। ਅਤੇ ਹੁਣ ਆਪਾਂ ਜਿਹੜਾ ਕਸਟਰਡ ਘੋਲ ਕੇ ਤਿਆਰ ਕਰਿਆ ਉਹ ਇਹਦੇ ਵਿੱਚ ਪਾ ਦਾਂਗੇ। ਕਸਟਰਡ ਨਾਲ ਨਾਲੇ ਤਾਂ ਇਹਦਾ ਕਲਰ ਵਧੀਆ ਹੋ ਜੂਗਾ ਜੀ, ਅਤੇ ਨਾਲੇ ਟੇਸਟ ਵੱਧ ਜੂਗਾ। ਛੇ ਚਮਚੇ ਮੈਂ ਪਾਊਂਗੀ ਜੀ ਇਹਦੇ ਵਿੱਚ ਖੰਡ ਦੇ, ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲਿਓ। ਠੰਡੀਆਂ ਚੀਜ਼ਾਂ ਦੇ ਵਿੱਚ ਮਿੱਠਾ ਥੋੜ੍ਹਾ ਜਿਹਾ ਜ਼ਿਆਦਾ ਹੀ ਵਧੀਆ ਲੱਗਦਾ ਜੀ। ਇਹ ਮੈਂ ਲਿਆ ਜੀ ਮਿਲਕ ਪਾਊਡਰ ਸੁੱਕਾ ਦੁੱਧ, ਅਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੀ ਇਹ ਦੁੱਧ। ਦੁੱਧ ਦੇ ਵਿੱਚ ਮੈਂ ਮਿੱਠਾ ਘੋਲ ਲਿਆ ਅਤੇ ਇਹਦਾ ਗਾੜਾ ਜਿਹਾ ਪੇਸਟ ਤਿਆਰ ਕਰਨਾ ਆਪਾਂ। ਸੁੱਕੇ ਦੁੱਧ ਦੀ ਜਗ੍ਹਾ 'ਤੇ ਤੁਸੀਂ ਦੁੱਧ ਦੀ ਕਰੀਮ ਵੀ ਲੈ ਸਕਦੇ ਹੋ ਜੀ, ਉਬਾਲੀ ਵਾਲੇ ਦੁੱਧ ਤੋਂ ਜਿਹੜੀ ਆਪਾਂ ਲਾਉਂਦੇ ਹਾਂ ਮਲਾਈ ਉਹ ਲੈ ਸਕਦੇ ਹੋ 1 ਜਾਂ 2 ਦਿਨ ਦੀ, ਜ਼ਿਆਦਾ ਬੇਹੀ ਨਹੀਂ ਹੋਣੀ ਚਾਹੀਦੀ। ਚੰਗੀ ਤਰ੍ਹਾਂ ਘੋਲ ਤਿਆਰ ਕਰ ਲਾਂਗੇ ਆਪਾਂ। ਇਹ ਆਪਾਂ ਤਿਆਰ ਕਰ ਲਿਆ ਜੀ ਘੋਲ ਕੇ, ਇੰਨਾ ਕੁ ਗਾੜਾ ਰੱਖਿਆ ਆਪਾਂ। ਜੇ ਤੁਸੀਂ ਮਲਾਈ ਲਵੋਗੇ ਤਾਂ ਉਹਦੇ ਵਿੱਚ ਦੁੱਧ ਨਹੀਂ ਪਾਉਣਾ, ਬਸ 1 ਚਮਚਾ ਖੰਡ ਦਾ ਹਰਲਾ ਲਿਓ, ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਲੈ ਵਰਤ ਸਕਦੇ ਹੋ। ਇੱਧਰ ਆਪਣਾ ਕਸਟਰਡ ਵਾਲਾ ਦੁੱਧ ਵੀ ਗਾੜਾ ਹੋ ਗਿਆ, ਹੁਣ ਆਪਾਂ ਗੈਸ ਕਰ ਦਾਂਗੇ ਬੰਦ। ਥੋੜ੍ਹਾ ਜਿਹਾ ਇਹਨੂੰ 3-4 ਮਿੰਟ ਠੰਡਾ ਹੋਣ ਦੇਵਾਂਗੇ। ਚਾਰ ਪੰਜ ਪੀਸ ਮੈਂ ਬ੍ਰੈਡਾਂ ਦੇ ਲਏ ਨੇ ਜੀ, ਇਹਨਾਂ ਦੀਆਂ ਕਿਨਾਰੀਆਂ ਲਾ ਦਾਂਗੇ। ਸਾਰਿਆਂ ਦੀਆਂ ਕਿਨਾਰੀਆਂ ਕੱਟ ਕਰ ਦਾਂਗੇ ਆਪਾਂ ਪਹਿਲਾਂ। ਇਹ ਮੈਂ ਲਿਆ ਜੀ ਹਰਾ ਰੰਗ, ਇਹ ਜਿਹੜਾ ਦੁੱਧ ਘੋਲਿਆ ਸੀ ਆਪਾਂ ਉਹਦੇ ਵਿੱਚ ਪਾ ਰਹੀ ਹਾਂ ਮੈਂ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ। ਤੁਸੀਂ ਬਿਨਾਂ ਕਲਰ ਤੋਂ ਵੀ ਬਣਾ ਸਕਦੇ ਹੋ।
थोड़े थोड़े जे आप इन्हों बेलने बेल लाँगे जी। इन्ने पतले कर लेने ने जी, ये सारे आप तैयार कर ले जी। हुण आपां ये लावांगे इन्हां दे विच, इन्हूं सोहणा दिखण लई। इन्हां नूं ऐ रोल कर दांगे जी। ये भी सारे आपां इसे तरह तैयार कर लांगे जी। ये मैं लिया जी एक डब्बा टिफिन वाला डब्बा, ये अपना तुसी कोई भी ले लियो। ये पहला थले पावांगे आपां कस्टर्ड वाला दुध, थोड़ा थोड़ा पावांगे जी पहला। हुण इहदे उपर आपां जिहड़े ब्रैड तैयार करे ने उह ला दांगे। हुण इहदे उपर आपां फिर पा देंगे दोबारा दुध जी कस्टर्ड वाला। बिल्कुल ही बहुत वधिया ते सॉफ्ट टेस्टी बहुत ही वधिया तैयार हुंदी है जी बन के, तुसीं ट्राई जरूर करियो। जे तुहानूं साडियां वीडियो वधिया लगदियां तां लाइक कमेंट ते शेयर जरूर करियो जी। जे चैनल ते पहली बार आए हो तां चैनल नूं सबसक्राइब जरूर करना जी। ये आप डेकोरेट कर दें जी इनू। देखो जी किन्नी वधिया बन के तैयार हुई है, बिल्कुल घर दियां चीज़ां नाल ते सिंपल तरीके नाल। इहनूं ठंडी करके फ्रिज दे विच फिर सर्व करियो, बहुत ही ज़्यादा टेस्टी बनती है जी ये।